ਸਤਸ੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਵਿੱਚ ਇੱਕ ਹੋਰ ਗਾਂਧੀ ਜੁੜ ਗਿਆ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਸੋਨੀਆ ਗਾਂਧੀ ਤੋਂ ਇਲਾਵਾ ਅੱਜ ਪੰਜਾਬ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਨਾਲ ਜੁੜ ਗਏ ਨੇ ਕਾਂਗਰਸ ਜੁਆਇਨ ਕਰ ਲਈ ਗਈ ਹੈ ਧਰਮਵੀਰ ਗਾਂਧੀ ਦੇ ਵੱਲੋਂ ਧਰਮਵੀਰ ਗਾਂਧੀ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸਨ 2014 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ ਤੇ ਉਦੋਂ ਐਮਪੀ ਵੀ ਬਣੇ ਸੀ ਪਰ ਨੀਤਕੌਰ ਨੂੰ ਪਟਿਆਲਿਓਂ ਹਰਾਇਆ ਸੀ ਤੇ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਦੇ ਵਿੱਚ ਵੀ ਗਏ ਸੀ ਸੰਸਦ ਬਣ ਕੇ ਪਰ ਉਸ ਤੋਂ ਬਾਅਦ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਫਿਰ ਆਪਣੀ ਪਾਰਟੀ ਬਣਾਈ ਪਰ ਫਿਰ ਉਦੋਂ ਇੱਕ ਟਵਿਸਟ ਆਇਆ ਜਦੋਂ ਰਾਹੁਲ ਗਾਂਧੀ ਦੀ ਭਾਰਤ ਚੋੜੋ ਯਾਤਰਾ ਸ਼ੁਰੂ ਹੋਈ ਉਦੋਂ ਜਦੋਂ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਆਏ ਤਾਂ ਧਰਮਵੀਰ ਗਾਂਧੀ ਰਾਹੁਲ ਗਾਂਧੀ ਦੇ ਨਾਲ-ਨਾਲ ਚੱਲਦੇ ਦਿਖਾਈ ਦਿੱਤੇ ਉਦੋਂ ਹੀ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਕਿ ਧਰਮਵੀਰ ਗਾਂਧੀ ਕਾਂਗਰਸ ਜੁਆਇਨ ਕਰਨਗੇ ਤੇ ਅੱਜ ਉਹ ਪੂਰਾ ਹੋ ਗਿਆ ਕਾਂਗਰਸ ਨੂੰ ਜੁਆਇਨ ਕਰ ਲਿਆ ਗਿਆ ਧਰਮਵੀਰ ਗਾਂਧੀ ਦੇ ਵੱਲੋਂ ਅੱਜ ਦਿੱਲੀ ਦੇ ਵਿੱਚ ਇਹ ਪੂਰੀ ਸਮਾਗਮ ਹੋਇਆ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਨਾਲ ਸਨ ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਜ ਵੀ ਸਨ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਵੀ ਸਨ ਤੇ ਇਹਨਾਂ ਸਾਰਿਆਂ ਨੇ ਧਰਮਵੀਰ ਗਾਂਧੀ ਨੂੰ ਪੰਜਾਬ ਕਾਂਗਰਸ ਦੇ ਵਿੱਚ ਮੈਂਬਰ ਜਿਹੜਾ ਉਹ ਬਣਾ ਲਿਆ ਨਾਲ ਜੋੜ ਲਿਆ ਪਰ ਇਸ ਦੇ ਨਾਲ ਸਮਿਕਰਨ ਕੀ ਬਦਲਣਗੇ ਉਹ ਧਿਆਨ ਦੇਣ ਵਾਲੀ ਗੱਲ ਆ ਪਟਿਆਲੇ ਦੇ ਵਿੱਚ ਜਿੱਥੇ ਬੀਜੇਪੀ ਪਰਨੀਤ ਕੌਰ ਨੂੰ ਟਿਕਟ ਦੇ ਚੁੱਕੀ ਹੈ ਪਰਨੀਤ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਇਸ ਤੋਂ ਪਹਿਲਾਂ ਐਮਪੀ ਵੀ ਨੇ ਹੁਣ ਮੌਜੂਦਾ ਜੇਕਰ ਉਹਨਾਂ ਨੂੰ ਕਹੀਏ ਤਾਂ ਮੌਜੂਦਾ ਐਮਪੀ ਵੀ ਸਾਨੂੰ ਕਾਂਗਰਸ ਦੇ ਵੱਲੋਂ ਪਟਿਆਲਾ ਤੋਂ ਤੇ ਉਹ ਭਾਜਪਾ ਦੇ ਵੱਲੋਂ ਉਤਾਰੇ ਗਏ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਡਾਕਟਰ ਬਲਵੀਰ ਜੋ ਕਿ ਕੈਬਨਿਟ ਮੰਤਰੀ ਨੇ ਇਸ ਸਮੇਂ ਪੰਜਾਬ ਦੇ ਵਿੱਚ ਉਹਨਾਂ ਨੂੰ ਪਟਿਆਲੇ ਉਤਾਰ ਚੁੱਕੀ ਹੈ ਤੇ ਉਹਨਾਂ ਦੇ ਮੁਕਾਬਲੇ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਨੇ ਟਿਕਟ ਦੇ ਸਕਦੀ ਹੈ। ਇਹ ਹੀ ਜ਼ਿਆਦਾ ਚਰਚਾ ਹੈ ਕਿ ਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਹੋਲਡ ਬਹੁਤ ਮਜ਼ਬੂਤ ਹੈ। ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਡਾਕਟਰ ਹੋਣ ਦੇ ਨਾਤੇ ਆਮ ਲੋਕਾਂ ਦੇ ਨਾਲ ਵਿਚਰਨਾ, ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਇਹ ਬੇਹਦ ਆਮ ਗੱਲਾਂ ਸੀ। ਡਾਕਟਰ ਧਰਮਵੀਰ ਗਾਂਧੀ ਦੇ ਲਈ ਇਹੇ ਕਰਕੇ ਲੋਕ ਉਹਨਾਂ ਦੇ ਨਾਲ ਜੁੜੇ ਵੀ ਰਹੇ ਤੇ ਵਾਜਿਕ ਤੌਰ ਤੇ ਵੀ ਉਹ ਐਕਟਿਵ ਰਹੇ ਸੋਸ਼ਲ ਐਕਟਿਵਿਸਟ ਵੀ ਉਹਨਾਂ ਨੂੰ ਕਹਿ ਸਕਦੇ ਆ ਧਰਮਵੀਰ ਗਾਂਧੀ ਜਦੋਂ ਇਹਨਾਂ ਦੋਵਾਂ ਆਗੂਆਂ ਦੇ ਆਪੋਜ਼ਿਟ ਖੜੇ ਹੋਣਗੇ ਤਾਂ ਕਾਂਗਰਸ ਇਸ ਤੋਂ ਵੱਡਾ ਲਾਹਾ ਲੈ ਸਕਦੀ ਹੈ ਇਸੇ ਕਰਕੇ ਜਿੱਥੇ ਕਾਂਗਰਸ ਨੂੰ ਲਗਾਤਾਰ ਝਟਕੇ ਮਿਲਦੇ ਰਹੇ ਕਿ ਕਦੇ ਕੋਈ ਛੱਡ ਗਿਆ ਰਾਜਕਮਰ ਚੱਬੇਵਾਲ ਛੱਡ ਗਿਆ ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਹਾਲਾਂਕਿ ਰਿੰਕੂ ਤਾਂ ਆਮ ਆਦਮੀ ਪਾਰਟੀ 'ਚ ਵੀ ਨਹੀਂ ਟਿਕੇ ਫਿਰ ਭਾਜਪਾ ਦੇ ਵਿੱਚ ਚਲੇ ਗਏ ਪਰ ਕਾਂਗਰਸ ਨੂੰ ਲਗਾਤਾਰ ਝਟਕੇ ਦੇ ਲੱਗਦੇ ਰਹੇ ਪਰ ਅੱਜ ਕਾਂਗਰਸ ਨੇ ਇੱਕ ਵੱਡਾ ਦੁਰ ਦੇ ਦਿੱਤਾ ਵਿਰੋਧੀ ਪਾਰਟੀਆਂ ਦੇ ਅੰਦਰ ਇੱਕ ਡਰ ਜ਼ਰੂਰ ਪੈਦਾ ਹੋਏਗਾ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਪਟਿਆਲਾ ਸੀਟ ਦੇ ਉੱਤੇ ਕਿਉਂਕਿ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਹੋਲਡ ਬਹੁਤ ਮਜ਼ਬੂਤ ਹੈ ਜੇਕਰ ਕਾਂਗਰਸ ਧਰਮਵੀਰ ਗਾਂਧੀ ਨੂੰ ਸੀਟ ਦਿੰਦੀ ਹੈ ਜੋ ਕਿ ਸੁਭਾਵਿਕ ਲੱਗ ਵੀ ਰਿਹਾ ਹੈ ਕਿ ਕਾਂਗਰਸ ਅਜਿਹਾ ਹੀ ਕਰੇਗੀ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਦਾ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਾ ਸਿੱਧੇ ਸੰਕੇਤ ਇਹੀ ਦਿੰਦਾ ਹੈ ਕਿ ਪਟਿਆਲਾ ਦੇ ਵਿੱਚੋਂ ਟਿਕਟ ਦਿੱਤੀ ਜਾਵੇਗੀ ਡਾਕਟਰ ਧਰਮਵੀਰ ਗਾਂਧੀ ਨੂੰ ਜੇ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹੀ ਹੋਏਗਾ ਕਿ ਇੱਕ ਫਸਮੀ ਟੱਕਰ ਹੋ ਸਕਦੀ ਹੈ ਡਾਕਟਰ ਬਲਬੀਰ ਸਿੰਘ ਅਤੇ ਡਾਕਟਰ ਤਰਵੀਰ ਗਾਂਧੀ ਦੇ ਵਿਚਾਲੇ ਕਿਉਂਕਿ ਡਾਕਟਰ ਬਲਬੀਰ ਸਿੰਘ ਜਿਤਕੇ ਆਏ ਨੇ ਵਿਧਾਨ ਸਭਾ ਦੇ ਵਿੱਚ ਗਏ ਨੇ ਤੇ ਫਿਰ ਕੈਬਨਿਟ ਮੰਤਰੀ ਬਣੇ ਨੇ ਉਹ ਵੀ ਇੱਕ ਡਾਕਟਰ ਨੇ ਤੇ ਦੂਜੇ ਪਾਸੇ ਡਾਕਟਰ ਧਰਮਵੀਰ ਵੀ ਡਾਕਟਰ ਨੇ ਹਾਲਾਂਕਿ ਪਰਨੀਤ ਕੌਰ ਨੂੰ ਕਿਸ ਤਰੀਕੇ ਬੀਜਪੀ ਨੂੰ ਲੋਕ ਲੈਣਗੇ ਪਟਿਆਲਾ ਵਾਸੀ ਕੀ ਬੀਜਪੀ ਦੇ ਹੱਕ ਚ ਭੁਗਤਣਗੇ ਇਹ ਇੱਕ ਸਵਾਲ ਜ਼ਰੂਰ ਰਹੇਗਾ ਕਿਉਂਕਿ ਪਰਨੀਤ ਕੌਰ ਕਾਂਗਰਸ ਛੱਡ ਕੇ ਬੀਜਪੀ ਦੇ ਵਿੱਚ ਗਏ ਨੇ ਪਹਿਲਾ ਕਾਂਗਰਸ ਆਲੇ ਪਾਸੇ ਜਿੱਥੇ ਦੇ ਰਹੇ ਨੇ ਪਰ ਹੁਣ ਜਦੋਂ ਬੀਜਪੀ ਦੇ ਵਿੱਚ ਗਏ ਨੇ ਕੀ ਲੋਕ ਉਹਨਾਂ ਨੂੰ ਐਕਸੈਪਟ ਕਰਨਗੇ ਉਹ ਵੱਖਰੀ ਚੀਜ਼ ਹੈ ਪਰ ਧਰਮਵੀਰ ਗਾਂਧੀ ਇੱਕ ਟਫ ਕੰਪੀਟੀਸ਼ਨ ਇਹਨਾਂ ਦੋਵਾਂ ਆਗੂਆਂ ਨੂੰ ਦੇਣਗੇ ਤੇ ਇਸ ਤੋਂ ਬਾਅਦ ਕੀ ਲੋਕ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਖੜੇ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਬੇहद ਦਿਲਚਸਪ ਹੁੰਦਾ ਜਾਂਦਾ ਹੈ ਇਹ ਮੁਕਾਬਲਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਕਿਉਂਕਿ ਲਗਾਤਾਰ ਕਾਂਗਰਸ ਨੂੰ ਝਟਕੇ ਮਿਲਦੇ ਰਹੇ ਪਰ ਕਾਂਗਰਸ ਇੱਕ ਤਰੀਕੇ ਉਹਨਾਂ ਲੋਕਾਂ ਨੂੰ ਉਹਨਾਂ ਸ਼ਖਸੀਅਤਾਂ ਨੂੰ ਉਹਨਾਂ ਪਰਸਨੈਲਿਟੀਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਜਿਨ੍ਹਾਂ ਦਾ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਇੱਕ ਹੋਲਡ ਹੈ ਤੇ ਉਸੇ ਦੇ ਵਿੱਚ ਨੇ ਡਾਕਟਰ ਧਰਵੀਰ ਗਾਂਧੀ ਅੱਜ ਜਦੋਂ ਜੁੜੇ ਨੇ ਤਾਂ ਉਹਨਾਂ ਨੇ ਵੀ ਇਹੀ ਕਿਹਾ ਡਾਕਟਰ ਧਰਵੀਰ ਗਾਂਧੀ ਦੀ ਅਸੀਂ ਹੁਣੇ ਪ੍ਰੈਸ ਕਾਨਫਰੰਸ ਜਿਹੜੀ ਦਿੱਲੀ ਦੇ ਵਿੱਚ ਹੋਈ ਜੋ ਜਦੋਂ ਸੁਣੀ ਤਾਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਮੈਂ ਹਿਸਟਰੀ ਦੇ ਵਿੱਚ ਜਦੋਂ ਇਸ ਸਮੇ ਨੂੰ ਇਸ ਸਮੇ ਬਾਰੇ ਗੱਲ ਕੀਤੀ ਜਾਊਗੀ ਤਾਂ ਮੈਂ ਨਹੀਂ ਚਾਹੁੰਦਾ ਕਿ ਮੇਰਾ ਨਾਮ ਉਹਨਾਂ ਦੇ ਵਿੱਚ ਆਵੇ ਜਿਨ੍ਹਾਂ ਨੇ ਦੇਸ਼ ਨੂੰ ਖਤਮ ਕਰਨ ਦੀ ਗੱਲ ਕੀਤੀ ਮੇਰਾ ਨਾਮ ਉਹਨਾਂ ਦੇ ਵਿੱਚ ਆਵੇ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਦੀ ਗੱਲ ਕੀਤੀ ਤਾਂ ਉਹ ਕਾਂਗਰਸ ਹੈ ਇਹ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਲਗਾਤਾਰ ਇਹ ਵੀ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਨੇ ਕਿ ਰਾਹੁਲ ਗਾਂਧੀ ਇੱਕ ਚੇਂਜ ਲੈ ਕੇ ਆ ਰਹੇ ਨੇ ਰਾਹੁਲ ਗਾਂਧੀ ਜੇਕਰ ਪਾਰਤੀ ਰੋਡੋ ਯਾਤਰਾ ਕਰ ਰਹੇ ਨੇ ਤਾਂ ਉਸ ਦੇ ਨਾਲ ਦੇਸ਼ ਦੇ ਵਿੱਚ ਚੇਂਜ ਆ ਰਿਹਾ ਹੈ ਇਹ ਡਾਕਟਰ ਧਰਮਵੀਰ ਗਾਂਧੀ ਦੇ ਸ਼ਬਦ ਪਿਛਲੇ 2 ਸਾਲਾਂ ਤੋਂ ਲਗਾਤਾਰ ਰਹੇ ਨੇ ਤੇ ਅੱਜ ਵੀ ਉਹਨਾਂ ਨੇ ਇਹੀ ਕਿਹਾ ਕਿ ਕਾਂਗਰਸ ਇੱਕ ਚੇਂਜ ਲੈ ਕੇ ਆ ਰਹੀ ਹੈ ਦੇਸ਼ ਦੇ ਵਿੱਚ ਇਸ ਕਰਕੇ ਉਹ ਕਾਂਗਰਸ ਦੇ ਨਾਲ ਜੁੜੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਸਵਾਗਤ ਕੀਤਾ ਡਾਕਟਰ ਧਰਮਵੀਰ ਗਾਂਧੀ ਦਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਡਾਕਟਰ ਧਰਮਵੀਰ ਗਾਂਧੀ ਦਾ ਸਵਾਗਤ ਕੀਤਾ ਤਾਂ ਅੱਜ ਕਾਂਗਰਸ ਦੇ ਵਿੱਚ ਆ ਗਏ ਨੇ ਡਾਕਟਰ ਧਰਮਵੀਰ ਗਾਂਧੀ ਇਸ ਤੋਂ ਬਾਅਦ ਕਦੋਂ ਕਾਂਗਰਸ ਆਪਣੀਆਂ ਟਿਕਟਾਂ ਦਾ ਐਲਾਨ ਕਰਦੀ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਭਵਿੱਖਬਾਣੀ ਜੋ ਅਸੀਂ ਕਰ ਰਹੇ ਹਾਂ ਕਿ ਡਾਕਟਰ ਤਰਵੀਰ ਗਾਂਧੀ ਨੂੰ ਪਟਿਆਲੇ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜੇਕਰ ਸੱਚ ਤੇ ਸਹੀ ਸਾਬਤ ਹੁੰਦੀ ਹੈ ਤਾਂ ਫਿਰ ਇਸ ਦੇ ਨਾਲ ਪਟਿਆਲਾ ਹੌਟ ਸੀਟ ਬਣੇਗੀ ਹੌਟ ਸੀਟ ਦੇ ਉੱਤੇ ਇੱਕ ਬੇਹੱਦ ਫਸਮਾ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਅਤੇ ਜੇ ਕਾਂਗਰਸ ਵੱਲੋਂ ਡਾਕਟਰ ਤਰਵੀਰ ਗਾਂਧੀ ਨੂੰ ਖੜਾ ਕੀਤਾ ਜਾਂਦਾ ਤਾਂ ਇਹਨਾਂ ਦੋਵਾਂ ਵਿਚਾਲੇ ਹੋ ਸਕਦਾ ਹੈ जिसमें दो स्लोगन जो जिसने सबसे मुझे प्रभावित किया वो था कि नफरत के बाजार में मोहब्बत की दुकान और दूसरा था डरो मत जो देश में दहशत का डर का एक वातावरण पैदा किया था इस पर मौजूदा पॉलिटिकल डिस्पेंसेशन है मौजूदा निजाम ने जो देश सहमा हुआ देश था सहमा हुआ विपक्ष था आम लोग सहमे हुए थे उसको जो डरा दिया डरो मत इट इफेक्टेड रियली और में लोगों ने डरना बंद कर दिया मौजूदा सत्ता से तो ये दो बात दो तीन बातें थी तो वैन जब राहुल जी ने जब कॉल दिया कन्या आई रीच कन्याकुमारी स्टेड देयर फॉर टू डेज फिर मैंने पंजाब में जॉइन किया दैन मैं जम्मू कश्मीर में वहाँ तीन दिन रहा मैं कश्मीर में आई फ्रॉम स्टार्ट टू एंड आई वॉज इमोशनली फिजिकली एसोसिएट विद पार्थ जोड़ो यात्रा एंड देन पार्थ जोड़ो न्याय यात्रा अगेन इन डिफरेंट फॉर्म्स सो ये सारा कुछ एक थोड़ा प्रसंग है तो देखो एक तो मैंने पहले बोला है कि जो रिलीजियस पोलराइजेशन है जो समाज को बांटने वाली है देश को तोड़ने वाली है दैट हैज टू बी फॉट और मैं कहता हूं कि दिस इज ए वार विच टू बी फॉट एंड आई एम गोइंग टू फाइट दिस वॉर इलेक्शन नो इलेक्शन एम पी नो एम पी टिकट नो टिकट दैट नॉट द क्वेश्चन एट ऑल इट वॉज नेवर फ्रॉम माई चाइल्ड हुड टिल डेट ना ये आम आदमी पार्टी ज्वाइन करने के समय था और ना ये आज है I want to make it clear to media people and to the Congress party also. I'm, Congress doesn't need me. I need Congress because I have something inside me which is burning every time. कि देश किधर जा रहा है? मैं जब पैदा हुआ था, मैं किस हवा में पैदा हुआ था? और आज जो हवा है, वो कैसी हवा देश पे चल रही है? This is what this is what Gandhi is. This is what Tarambir is.